ਸੰਗਰੂਰ ਦੇ ਭਗਵਾਨਪੁਰਾ ਚ ਡਿੱਗ ਕੇ ਮਰੇ ਫਤਿਹਵੀਰ ਸਿੰਘ ਨੂੰ ਅਜੇ ਕੁਝ ਕੁ ਘੜੀਆਂ ਬੀਤੀਆਂ ਨੇ। ਪੰਜਾਬ ਦੇ ਲੋਕਾਂ ਲਈ ਇਸ ਡੂੰਘੇ ਸਦਮੇ ਚੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਹੈ। ਇਸ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਨੇ ਸੂਬੇ ਭਰ ਚ ਖੁੱਲੇ ਪਏ ਬੋਰਵੈਲਾਂ ਨੂੰ ਜਲਦ ਬੰਦ ਕਰਵਾਉਣ ਦੇ ਹੁਕਮ ਦਿੱਤੇ ਨੇ, ਪਰ ਲੱਗਦਾ ਹੈ ਕਿ ਸਰਕਾਰ ਸਿਰਫ ਹੁਕਮ ਦੇਣ ਤੱਕ ਹੀ ਸੀਮਤ ਰਹਿ ਗਈ ਹੈ, ਕਿਉਂਕਿ ਇਸ ਖੌਫਨਾਕ ਘਟਨਾ ਤੋਂ ਬਾਅਦ ਵੀ ਸੈਂਕੜੇ ਬੋਰਵੈਲ ਖੁੱਲੇ ਪਏ ਨੇ ਤੇ ਮੌਤ ਨੂੰ ਆਵਾਜ਼ ਮਾਰ ਰਹੇ ਨੇ। ਗੱਲ ਕਰ ਰਹੇ ਹਾਂ ਬੁੱਢਲਾਡਾ ਦੇ ਨੇੜੇ ਗੁਰੂ ਤੇਗ ਬਹਾਦਰ ਨਗਰ ਦੀ, ਜਿੱਥੇ 8 ਇੰਚੀ ਚੌੜਾ ਤੇ 150 ਫੁੱਟ ਡੂੰਘਾ ਬੋਰਵੈਲ ਸਰੇਆਮ ਖੁੱਲਾ ਪਿਆ। ਸਥਾਨਕ ਲੋਕ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਨਹੀਂ ਜਾਣ ਦੇ ਰਹੇ। ਲੋਕਾਂ ਦੇ ਮਨ ਵਿੱਚ ਫਤਿਹਵੀਰ ਦੀ ਮੌਤ ਦਾ ਡਰ ਘਰ ਕਰ ਗਿਆ ਅਤੇ ਲੋਕ ਸਰਕਾਰ ਤੋਂ ਬੋਰਵੈਲ ਨੂੰ ਬੰਦ ਕਰਵਾਉਣ ਦੀ ਗੁਹਾਰ ਲਗਾ ਰਹੇ ਨੇ। ਵੀ ਦੇਖੋ, ਆਪਾਂ ਨੂੰ ਸਾਰਿਆਂ ਨੂੰ ਭਲੀ ਭਾਂਤ ਪਤਾ ਵੀ ਪੂਰੇ ਭਾਰਤ ਦੇ ਵਿੱਚ ਉਸ ਬੱਚੇ ਦੇ ਉੱਤੇ ਅੱਖ ਸੀਗੀ ਵੀ ਕਦੋਂ ਉਹਨੇ ਬਾਹਰ ਆਉਣਾ। ਉਹ 2 ਸਾਲ ਦਾ ਜਵਾਕ ਜੋ ਬੋਰਵੈਲ ਦੇ ਵਿੱਚ ਡਿੱਗਿਆ ਸੀਗਾ, ਹੈ ਨਾ, ਉਹ ਜ਼ਿਆਦਾਤਰ ਆਮ ਲੋਕਾਂ ਨੂੰ ਘੱਟ ਪਤਾ ਸੀਗਾ, ਅੰਦਾਜ਼ਾ ਘੱਟ ਸੀ, ਪਰ ਉਹਦੇ ਮਾਂ ਬਾਪ ਨੂੰ ਉਹਦੇ ਮਾਂ ਬਾਪ ਦੇ ਦਿਲ ਨੂੰ ਪੁੱਛ ਕੇ ਦੇਖੋ ਵੀ ਸਾਡਾ ਨਿੱਕਾ ਹੈ ਜਵਾਕ, ਆ ਦੂਜਾ ਉਹਦਾ 10 ਤਰੀਕ ਨੂੰ ਜਨਮ ਦੇਣਾ, ਕਿੰਨੀ ਉਹਨਾਂ ਨੇ ਆਸਾਂ ਉਮੀਦਾਂ ਲਾਈਆਂ ਸੀ, ਠੀਕ ਹੈ। ਪਰ ਉਹ ਬੱਚੇ ਦੀ ਜਦੋਂ ਹੁਣ ਲਾਸ਼ ਆਈ ਹੈ ਬਾਹਰ, ਉਹਨਾਂ ਦੇ ਮਾਂ ਬਾਪ ਨੂੰ ਪੁੱਛ ਕੇ ਦੇਖੋ। ਇਸ ਤਰ੍ਹਾਂ ਉਹੀ ਗੱਲ ਦਾ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਸਾਡੇ ਇੱਥੇ ਬੋਰਵੈਲ ਹੈ, ਸਾਡੇ ਨਜ਼ਦੀਕ ਹੀ ਦੁਕਾਨ ਹੈ, ਕਈ ਵਾਰ ਨਿੱਕੀ ਮੋਟੀ ਕੋਈ ਚੀਜ਼ ਅਸੀਂ ਦੁਕਾਨ ਤੋਂ ਲੈਣ ਜਾਂਦੇ ਹਾਂ ਅਤੇ ਅਸੀਂ ਦੇਖਦੇ ਵੀ ਇੱਥੇ ਨਿੱਕੇ ਸਾਡੇ ਆਂਢ ਗੁਆਂਢ ਦੇ ਵਿੱਚ ਜਿੰਨੇ ਵੀ ਜਵਾਕ ਆ ਉਹ ਵੀ ਸਾਰੇ 2-2 ਸਾਲ 3-3 ਸਾਲਾਂ ਦੀ ਆ, ਉਹ ਇੱਥੇ ਪੰਚਾਇਤੀ ਜ਼ਮੀਨ ਆ, ਇੱਥੇ ਖੇਡਦੇ ਫਿਰਦੇ ਹੁੰਦੇ ਆ, ਇਹ ਪੰਚਾਇਤੀ ਜ਼ਮੀਨ ਦੇ ਵਿੱਚ ਹੀ ਬੋਰਵੈਲ ਲੱਗਿਆ ਪਿਆ। ਇੱਥੇ ਕਈ ਵਾਰ ਪਸ਼ੂ ਵੀ ਆਉਂਦੇ ਆ, ਅਵਾਰਾ ਪਸ਼ੂ ਆਉਂਦੇ ਆ, ਇਹਦੇ ਉੱਤੇ ਬੋਰੀ ਰੱਖੀ ਵੀ ਸੀ ਜੋ ਕਿ ਬਿਲਕੁਲ ਖਰਾਬ ਹੋ ਚੁੱਕੀ ਸੀ, ਬੋਦੀ ਹੋ ਚੁੱਕੀ ਸੀਗੀ, ਅਤੇ ਕਈ ਵਾਰ ਪਸ਼ੂ ਆਉਂਦੇ ਆ ਸੂਲਾਂ ਦੇ ਵਿੱਚ, ਉਹਨਾਂ ਦਾ ਪੈਰ ਅੜਕ ਜਾਂਦਾ ਅਤੇ ਉਹ ਲੈ ਜਾਂਦੇ ਆ, ਸੂਲਾਂ ਤਾਂ ਖਿੱਚ ਕੇ ਲੈ ਜਾਂਦੇ ਆ, ਰਹਿ ਗਈ ਇੱਥੇ ਬੋਰੀ। ਜਦੋਂ ਜਿਹੜੀ ਉਹ ਭਗਵਾਨਪੁਰੇ ਦੇ ਵਿੱਚ ਬੋਰੀ ਨੇ ਕੰਮ ਨਹੀਂ ਕੀਤਾ ਬੱਚੇ ਨੂੰ ਬਚਾਉਣ ਦੇ ਵਿੱਚ, ਫਿਰ ਇਹ ਬੋਰੀ ਕਿੱਥੋਂ ਕਰ ਲੂੰ। ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿੰਨੇ ਆਪਣੇ ਪੰਜਾਬ ਦੇ ਵਿੱਚ ਪੂਰੇ ਆਲ ਇੰਡੀਆ ਦੇ ਵਿੱਚ ਬੋਰਵੈਲ ਹੈ ਖੁੱਲ੍ਹੇ ਛੱਡੇ ਪਏ ਆ, ਉਹਨਾਂ ਦਾ ਪ੍ਰਬੰਧ ਕੀਤਾ ਜਾਵੇ, ਉਹ ਖੁੱਲ੍ਹੇ ਨਾ ਛੱਡੇ ਜਾਣ, ਜੇ ਫਿਰ ਵੀ ਉਹਨਾਂ ਦੀ ਅਣਗਹਿਲੀ ਕਰਦਾ ਉਹਦੇ 'ਤੇ ਸਖਤ ਤੋਂ ਸਖਤ ਕਾਰਵਾਈ ਇਹ ਹੋਣੀ ਚਾਹੀਦੀ ਆ। ਇੱਕ ਨਿੱਕੀ ਜਿਹੀ ਗੱਲ ਮੈਂ ਹੋਰ ਉਦਾਹਰਨ ਦੇਣੀ ਚਾਹੁੰਦਾ, ਸਾਡੇ ਇੱਥੇ ਮਾਸਟਰ ਕਲੋਨੀ ਆ, ਮਾਸਟਰ ਕਲੋਨੀ ਦੇ ਬਾਰ ਮੂਹਰੇ ਉੱਥੇ ਟੋਏ ਪੱਟੇ ਗਏ ਸੀ ਬਿਜਲੀ ਖੰਭਿਆਂ ਵਾਸਤੇ, ਉਹ ਬਿਜਲੀ ਖੰਭਿਆਂ ਵਾਸਤੇ ਟੋਏ ਪੱਟੇ ਗਏ ਸੀ, ਪਰ ਰਾਤ ਨੂੰ ਉਹਨਾਂ ਨੂੰ ਐਂ ਛੱਡ ਕੇ ਚਲੇ ਗਏ ਸੀ। ਇੱਥੇ ਸਾਡੇ ਪਸ਼ੂ ਰੱਖੇ ਵਿਆ, ਕਿਸੇ ਨੇ ਘੋੜੇ ਘੋੜੀਆਂ ਰੱਖੇ ਵਿਆ, ਇੱਥੇ ਸਾਡੇ ਨਾਈ ਰਹਿੰਦੇ ਆ, ਉਹਨਾਂ ਦਾ ਪਸ਼ੂ ਖੁੱਲ੍ਹ ਕੇ ਆ ਗਿਆ, ਜਦੋਂ ਹੀ ਉਹ ਮਾਸਟਰ ਕਲੋਨੀ ਦਾ ਗੇਟ ਲੰਘਣ ਲੱਗਿਆ ਤਾਂ ਉਹਦਾ ਪੈਰ ਫਸ ਗਿਆ ਅਤੇ ਉਹ ਪਸ਼ੂ ਦੀ ਮੌਤ ਹੋ ਗਈ, ਉਹਨਾਂ ਨੇ ਬੱਚਿਆਂ ਵਾਂਗੂ ਉਹ ਪਾਲਿਆ ਵਿਆ ਸੀ। ਇਸ ਲਈ ਮੇਰੀ ਇਹ ਗੁਜ਼ਾਰਿਸ਼ ਆ ਵੀ ਜਿਹੜਾ ਸਾਡਾ ਇਹ ਬੋਰਵੈਲ ਹੈ ਉਹਨੂੰ ਬੰਦ ਕੀਤਾ ਜਾਵੇ, ਇਹ ਸਾਡੇ ਹੀ ਨਹੀਂ, ਇਹ ਸਾਰੇ ਪੂਰੇ ਪੰਜਾਬ ਦੇ ਆਲ ਵਾਰਡ ਦੇ ਜਿੰਨੇ ਬੋਰਵੈਲਾਂ ਵੱਲ ਧਿਆਨ ਦਿੱਤਾ ਜਾਵੇ ਵੀ ਕਿਹੜਾ ਖੁੱਲ੍ਹਾ ਪਿਆ, ਜੇ ਕੋਈ ਅਣਗਹਿਲੀ ਕਰਦਾ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਉਧਰ ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ 8 ਖੁੱਲ੍ਹੇ ਪਏ ਬੋਰਵੈਲਾਂ ਨੂੰ ਬੰਦ ਕਰਨ ਦਾ ਦਾਅਵਾ ਕਰ ਰਿਹਾ ਹੈ। ਤੁਸੀਂ ਵੀ ਸੁਣੋ ਜ਼ਰਾ ਡੀਸੀ ਮੈਡਮ ਦਾ ਇਹ ਬਿਆਨ। ਅਸੀਂ ਸਾਰੇ ਮਾਨਸਾ ਦੇ ਬਲੋਕਸ ਅਤੇ ਮਿਊਂਸਪੈਲਿਟੀਜ਼ ਦੇ ਵਿੱਚ ਨਿਰੰਤਰ ਤੌਰ 'ਤੇ ਚੈਕਿੰਗ ਕਰਵਾ ਰਹੇ ਹਾਂ। ਅਜੇ ਤੱਕ ਸਾਨੂੰ ਬੁਢਲਾਡਾ ਦੇ ਵਿੱਚ 8 ਖੁੱਲ੍ਹੇ ਬੋਰਵੈਲ ਮਿਲੇ ਸੀ ਜਿਨ੍ਹਾਂ ਨੂੰ ਨਾਲ ਦੇ ਨਾਲ ਕਵਰ ਕਰਵਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਾਰੇ ਈਓਜ਼ ਅਤੇ BDPOs ਤੋਂ ਸਰਟੀਫਿਕੇਟ ਲਏ ਜਾ ਰਹੇ ਨੇ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਕੋਈ ਵੀ ਬੋਰਵੈਲ ਖੁੱਲ੍ਹਾ ਨਹੀਂ ਹੈ। ਜਿੱਥੇ ਵੀ ਕੋਈ ਐਸਾ ਕਿਸੇ ਪਬਲਿਕ ਦੇ ਵੀ ਨੁਮਾਇੰਦੇ ਵੱਲੋਂ ਸਾਡੇ ਧਿਆਨ ਦੇ ਵਿੱਚ ਲਿਆਂਦਾ ਜਾ ਰਿਹਾ, ਅਸੀਂ ਨਾਲ ਦੇ ਨਾਲ ਐਕਸ਼ਨ ਲੈ ਰਹੇ ਹਾਂ। ਇਸ ਤੋਂ ਇਲਾਵਾ ਹਰ ਮਹੀਨੇ ਰਿਪੋਰਟ ਲਈ ਜਾਏਗੀ, ਲਗਾਤਾਰ ਲਈ ਜਾਏਗੀ। ਸੀਵਰੇਜ ਡਿਪਾਰਟਮੈਂਟ ਨੂੰ ਵੀ ਹਦਾਇਤ ਦੇ ਦਿੱਤੀ ਗਈ ਹੈ, ਕਿਸੇ ਤਰ੍ਹਾਂ ਦੇ ਵੀ ਕੋਈ ਖੁੱਲ੍ਹੇ ਮੈਨ ਹੋਲਸ ਨੇ ਸੀਵਰੇਜ ਦੇ, ਉਹਨਾਂ ਨੂੰ ਵੀ ਨਾਲ ਦੇ ਨਾਲ ਜ਼ਰੂਰ ਢੱਕਿਆ ਜਾ। ਕੋਈ ਕਾਰਵਾਈ ਨਹੀਂ ਫਿਲਹਾਲ, ਤਾਂ ਅਰਜੈਂਟ ਜੋ ਸਿਚੁਏਸ਼ਨ ਡਿਮਾਂਡ ਕਰਦੀ ਹੈ ਉਹ ਇਹੀ ਹੈ ਕਿ ਉਹਨਾਂ ਨੂੰ ਢੱਕਿਆ ਜਾਵੇ।
ਆਉਣ ਵਾਲੇ ਟਾਈਮ ਦੇ ਵਿੱਚ ਜੋ ਸਾਨੂੰ ਹਦਾਇਤਾਂ ਆਈਆਂ ਆ ਉਹਦੇ ਵਿੱਚ ਜਿਸ ਤਰ੍ਹਾਂ ਦੀਆਂ ਪਰਮਿਸ਼ਨਸ ਚਾਹੀਦੀਆਂ ਹੈ, ਜੇ ਕਿਸੇ ਨੇ ਬੋਰਵੈਲ ਕੱਢਣਾ ਹੈ ਉਹਨੂੰ ਪ੍ਰਾਇਰ 15 ਦਿਨ ਪਹਿਲਾਂ ਪਰਮਿਸ਼ਨ ਲੈਣੀ ਹੈ, ਇਹ ਸਾਰੀਆਂ ਹਦਾਇਤਾਂ ਅਸੀਂ ਸਮੇਂ ਸਮੇਂ ਸਿਰ ਨੂੰ ਜਾਰੀ ਕਰਕੇ ਉਹਦੀ ਪਾਲਣਾ ਯਕੀਨੀ ਬਣਾਵਾਂਗੇ। ਇਹਨਾਂ ਦਾਅਵਿਆਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਤੁਸੀਂ ਖੁੱਲ੍ਹੇ ਪਏ ਬੋਰਵੈਲ ਨੂੰ ਦੇਖ ਕੇ ਖੁਦ ਹੀ ਲਗਾ ਸਕਦੇ ਹੋ। ਫਿਲਹਾਲ ਲੋੜ ਹੈ ਇਹਨਾਂ ਦਾਅਵਿਆਂ ਦੇ ਉੱਤੇ ਸਹੀ ਤਰ੍ਹਾਂ ਕੰਮ ਕਰਨ ਦੀ, ਤਾਂ ਜੋ ਕੋਈ ਹੋਰ ਮਾਂ ਦਾ ਬੱਚਾ ਵੀ ਅਜਿਹੀ ਘਟਨਾ ਦਾ ਸ਼ਿਕਾਰ ਹੋਣ ਤੋਂ ਬਚ ਸਕੇ। ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ, ਗਲੋਬਲ ਪੰਜਾਬ ਟੀਵੀ।